ਲੱਗ ਗਿਆ ਕੀ ਆ ਇਹਨਾਂ ਬੱਕਰੀ ਦਾ 1,03,000 ਰੁਪਏ ਲੱਗੇ ਤਿੰਨਾਂ ਦਾ ਹਾਂਜੀ ਤਿੰਨਾਂ ਦਾ 1,00,000 ਤੁਸੀਂ ਕੀ ਮੰਗਿਆ ਅਸੀਂ 1,35,000 ਆਖਦੇ ਸੀਗੇ ਜੀ ਤਿੰਨੇ ਹਾਂਜੀ ਮੰਗੇ ਤਾਂ 1,65,000 ਸੀ ਤਿੰਨੇ ਗੱਪਣਾ ਕਹਿੰਦੇ ਦੋ ਬੱਕਰੀਆਂ ਗੱਪਣਾ ਇੱਕ ਬੱਕਰੀ ਖਾਲੀ ਹੈ ਆਹ ਵਾਲੀ ਦੁੱਧ ਦੁੱਧ ਨਹੀਂ ਦੋ ਬੱਕਰੀ ਆਹ ਬੱਕਰੀ ਹਟੀ ਹੈ ਆਹਾ ਇਹ ਦਿੰਦੀ ਹੈ ਬਾਕੀ ਥੋੜਾ ਦੁੱਧ ਵਾਲੀ ਤਿੰਨੇ ਦੇਖ ਲੋ ਕੇਰਾ ਬਹੁਤ ਵੱਡੀਆਂ ਨਹੀਂ ਆ ਹਾਈਟ ਦੀ ਗੱਲਬਾਤ ਕਰੀਏ ਆ ਇਹ ਤਾਂ ਹੋਊਗੀ 40 ਇੰਚ ਹਾਂ ਇਹ ਬੱਕਰੀ ਦੋ 40 40 ਇੰਚ ਆਈ ਇੱਕ ਬੱਕਰੀ 37 ਇੰਚ ਆਈ ਆਹ ਦੇ ਖਰੀਦ ਵਿੱਚ ਘਾਟਾ ਤਾਂ ਨਹੀਂ ਹੁੰਦਾ ਬਾਈ ਨਹੀਂ ਚੱਲੀ ਜਾਂਦਾ ਜੀ ਹੁਣ ਥੋੜਾ ਜਿਹਾ ਮੱਸਰ ਦਾ ਕਰਕੇ ਤੇ ਝੜੀਆਂ ਦਾ ਕਰਕੇ ਥੋੜਾ ਜਿਹਾ ਮਾਲ ਦੇ ਰਕਾਵਟ ਤਾਂ ਆ ਜਾਂਦੀ ਹੈ ਖਰੀਦਣ ਵੇਚਣ 'ਚ ਪਰ ਕੰਮ ਚੱਲਦੇ ਰਹਿੰਦੇ ਜੀ ਕੰਮ ਚੱਲਦਾ ਰਹਿੰਦਾ ਰੁਕਦਾ ਤਾਂ ਨਹੀਂ ਕਾ ਨਹੀਂ ਨਹੀਂ ਰੁਕਦਾ ਕੋਈ ਦੋ ਨਾ ਯਾ ਬਾ ਦੋ ਚਾਰ ਦਿਨ ਕੀ ਕਹਣਾ ਰੁਕ ਗਏ ਜਾਂ ਮੀਂਹ ਝੜੀਆਂ ਨਾਲ ਜਾਂ ਕਰਕੇ ਜੀ ਕੋਈ ਠੀਕ ਆ ਹੂੰ ਕੋਈ ਯਾਈ ਬੱਬੂਰਾਂ ਕੋਲੇ ਵੀ ਸੋਹਣੀਆਂ ਬੱਕਰੀਆਂ ਨੇ ਅੱਜ ਇਹਨਾਂ ਕੋਲੇ ਬਾਈਆਂ ਕੋਲੇ ਵੱਡੀਆਂ ਵੱਡੀਆਂ ਬੱਕਰੀਆਂ ਲੈ ਕੇ ਆਏ ਨੇ ਤਕਰੀਬਨ ਮੰਡੀ ਦੀ ਗੱਲਬਾਤ ਕਰੀਏ ਕਾਫੀ ਬੜੀਆਂ ਬੱਕਰੀਆਂ ਹੈਗੀਆਂ ਨੇ ਮੰਡੀ ਦੇ ਵਿੱਚ ਕੀ ਹਾਲ ਆ ਬੱਬੂ ਠੀਕ ਠਾਕ ਬਹੁਤ ਵਧੀਆ ਬਾਈ ਠੀਕ ਆ ਕਿੰਨੇ ਕੁ ਨਗ ਲਿਆਂਦੇ ਅੱਜ ਅੱਜ ਬੱਕਰੀਆਂ ਲੈ ਕੇ 6 ਜੀ ਕਿੰਨੇ ਕੁ ਵੇਚ ਲੈ ਖਰੀਦ ਲਈ ਫਿਰ ਬਸ ਬੇਚੀ ਤਾਂ ਕੋਈ ਨਹੀਂ ਗਿਆ ਮੀਂਹ ਆ ਗਏ ਮੀਂਹ ਨੇ ਮੌਸਮ ਥੋੜਾ ਖਰਾਬ ਹੋ ਗਿਆ ਉਵੇਂ ਬੱਕਰੀਆਂ ਖੜ ਗਈਆਂ ਹਲੇ ਤਾਂ ਜੀ ਠੀਕ ਹੈ ਹਾਂ ਦੁਆ ਵਿਕ ਜਾਣਗੀਆਂ ਹਾਂ ਵਿਕ ਜਾਣਗੀਆਂ ਮੁੱਲ ਲੱਗੀ ਜਾਂਦਾ ਜੀ ਬੱਕਰੀਆਂ ਦੇ ਲੱਗੀ ਜਾਂਦਾ ਹਾਂ ਜੀ ਮੁੱਲ ਲੱਗੀ ਠੀਕ ਹੈ ਇਹਦਾ ਕੀ ਆ ਮੁੱਲ ਕਰੇਗਾ ਇਹਦਾ 55,000 ਰੁਪਏ ਕਿਵੇਂ ਬੱਕਰੀ ਠੀਕ ਆ ਹਾਈਟਦਾਰ ਬੱਕਰੀ ਆ ਵਜਨਦਾਰ ਬੱਕਰੀ ਆ ਜੀ ਗੱਬਣ ਵੀ ਹਾਂ ਬੱਕਰੀ ਗੱਬਣ ਜੀ 2.5 ਮਹੀਨੇ ਦੀ ਗਾਰੰਟੀ ਨਾਲ ਗਾਰੰਟੀ ਨਾਲ ਜੀ ਠੀਕ ਹੈ ਲੱਗਿਆ ਕੀ ਆ ਇਹਨਾਂ ਬੱਕਰੀ ਦੇ 1,03,000 ਰੁਪਏ ਲੱਗੇ ਤਿੰਨਾਂ ਹਾਂ ਜੀ ਤਿੰਨਾਂ ਦਾ 1,00,000 ਤੁਸੀਂ ਕੀ ਮੰਗਿਆ ਅਸੀਂ 1,35,000 ਆਖਦੇ ਸੀਗੇ ਜੀ ਤਿੰਨੇ ਹਾਂਜੀ ਮੰਗੇ ਤਾਂ 1,65,000 ਸੀ ਤਿੰਨੇ ਗੱਪਣਾ ਕਹਿੰਦੇ ਦੋ ਬੱਕਰੀਆਂ ਗੱਪਣਾ ਇੱਕ ਬੱਕਰੀ ਖਾਲੀ ਹੈ ਜੀ ਆਹ ਵਾਲੀ ਦੁੱਧ ਦੁੱਧ ਨਹੀਂ ਜੀ ਦੋ ਬੱਕਰੀਆਂ ਆਹ ਬੱਕਰੀ ਹਟੀ ਹੋਈ ਆਹਾ ਇਹ ਦਿੰਦੀ ਹੈ ਬਾਕੀ ਥੋੜਾ ਦੁੱਧ ਵਾਲੀ ਤਿੰਨੇ ਦੇਖ ਲੋ ਕੇਰਾ ਬਹੁਤ ਵੱਡੀਆਂ ਨਹੀਂ ਆ ਹਾਈਟ ਦੀ ਗੱਲਬਾਤ ਕਰੀਏ ਆਹ ਇਹ ਤਾਂ ਹੋਊਗੀ 40 ਇੰਚ ਹਾਂ ਇਹ ਬੱਕਰੀ ਦੋ 40 40 ਇੰਚ ਆਈ ਇੱਕ ਬੱਕਰੀ 37 ਇੰਚ ਆਈ 40 ਇੰਚ ਵਾਲੀ ਆ ਗਈ ਬਾਈ ਤੇ ਇਹਨੂੰ ਵੀ 40 ਇੰਚ ਵਾਲੀ ਕਹਿੰਦੇ ਆਪਾਂ ਹਾਂਜੀ ਇਹ ਵੀ ਅੱਗੇ ਕੱਢ ਲਾ ਸੂਏ ਕਿੰਨੇ ਕਿੰਨੇ ਲਾਲੇ ਹੁਣ ਇਹਨਾਂ ਨੇ ਵੱਧੋ ਵੱਧ ਆ ਤੀਜੇ ਸੂਏ ਆ ਬਾਕੀ ਚੌਥੇ ਸੂਏ ਜੀ ਆਹਾ ਚੌਥੇ ਆ ਜੀ ਹਾਂਜੀ ਇਹ ਵੀ 2.5 ਮਹੀਨੇ ਦੀ ਗੱਬਣ ਇਹ ਨਹੀਂ ਇਹ ਤਾਂ 3.5 ਮਹੀਨੇ ਦੀ ਗੱਬਣ ਹੈ ਜੀ 3.5 ਮਹੀਨੇ ਦੀ ਇਹ ਬੱਕਰੀ ਦੁੱਧੋਂ ਹਟੀ ਵੀ ਹੈ ਜੀ ਠੀਕ ਹੈ ਹਾਂਜੀ ਠੰਡ ਦੇ ਨੇੜੇ ਜਾ ਕੇ ਹੋਣਗੀ ਇਹ ਹਾਂ ਜੀ ਬੱਕਰੀਆਂ ਬਸ ਸਜਾਵੜਨਾਂ ਸੁਕਤੇ ਸੂ ਪੈਣਗੇ ਜਾ ਕੇ ਠੀਕ ਵਧੀਆ ਰੁੱਤਨਾ ਸੁਣਦੀਆਂ ਬੱਕਰੀਆਂ ਦੀ ਠੰਡ ਚੜ੍ਹਨੀ ਸਟਾਰਟ ਹੋ ਜੀ ਹਾਂਜੀ ਹਾਂ ਕਰਿਓ ਰ ਇੱਕ ਤਿੰਨ ਲੱਗ ਗਿਆ ਹੈ ਹਾਂ ਜੀ 1,03,000 ਰੁਪਏ ਜੀ ਇਹਦਾ ਕੱਲੀ ਦਾ ਕੀ ਅਮਲ ਕਰੇ ਹੋਰ ਫਿਰ ਇਹਦਾ ਇਹਦਾ 45,000 ਕੱਲੀ ਦਾ ਜੀ ਕੱਲੀ ਦਾ 45 ਤੇ ਇਕੱਠੀਆਂ ਲਈ ਆਉਣਾ ਜਿਹੜਾ ਇਕੱਠੀਆਂ ਹਾਂ ਜੀ ਇਕੱਠੀਆਂ ਲਈਆਂ ਸੀ ਇਕੱਠੀਆਂ ਦੇ ਮੁੱਲ ਕਰਦੇ ਤਿੰਨਾਂ ਬੱਕਰੀਆਂ ਦੇ ਬਾਈ ਕੁਆਲਿਟੀ ਦੇਖੋ ਇਹ ਬਾਕੀ ਤਾਂ ਗੱਲਾਂ ਦੀਆਂ ਗੱਲਾਂ ਬੱਕਰੀਆਂ ਬੜੀਆਂ ਨੇਗੀਆਂ ਤੇ ਸੋਹਣੀ ਚੀਜ਼ ਵੀ ਹੈਗੀ ਆ ਜੇ ਕਿਸੇ ਨੇ ਰੱਖਣੀ ਆ ਚੀਜ਼ਾਂ ਕੁਆਲਿਟੀ ਕੁਆਲਿਟੀ ਬਹੁਤ ਸਹੀ ਆ ਥਣ ਚੱਡੇ ਬਹੁਤ ਸਹੀ ਆ ਬੱਕਰੀਆਂ ਦੇ ਲਈ ਮੱਸਰ ਦਾ ਕਰਕੇ ਤੇ ਝੜੀਆਂ ਦਾ ਕਰਕੇ ਥੋੜਾ ਜਿਹਾ ਮਾਲ ਰਕਾਵਟ ਤਾਂ ਆ ਜਾਂਦੀ ਹੈ ਖਰੀਦਣ ਵੇਚਣ 'ਚ ਪਰ ਕੰਮ ਚੱਲਦੇ ਰਹਿੰਦੇ ਜੀ ਕੰਮ ਚੱਲਦਾ ਰਹਿੰਦਾ ਰੁਕਦਾ ਤਾਂ ਨਹੀਂ 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 ਰੁਕਦਾ ਕੋਈ ਦੋ ਨਹੀਂ ਰੁਕਦਾ ਨਾ ਜੀ ਆਪਾਂ ਦੋ ਚਾਰ ਦਿਨ ਕੀ ਕਹਿਣਾ ਰੁਕ ਗਏ ਜਾਂ ਮੀਂਹ ਝੜੀਆਂ ਨਾਲ ਜਾਂ ਕਰਕੇ ਜੀ ਕੋਈ ਠੀਕ ਆ ਹੂੰ ਕੋਈ ਠੀਕ ਆ ਕਿੰਨੀ ਕਪੈਸਿਟੀ ਰਹਿ ਰਹੀ ਹੈ ਫਿਰ ਹੁਣ ਨਗਾਂ ਦੀ ਵੇਚਣ ਦੀ ਨਾ ਡੇਲੀ ਦੀ ਡੇਲੀ ਲਈ ਜਾਂਦੇ ਡੇਲੀ ਡੇਲੀ ਮੰਡੀਆਂ ਦੇ ਵਿੱਚ ਹੀ ਜਾਂਦੇ ਜੀ ਕੋਈ ਮਾਈਂਡ 'ਚ ਹੈ ਨਹੀਂ ਕਿ ਵੀ ਇੰਨੇ ਕੁ ਵੇਚ ਹੋਣੇ 200-300 ਨਹੀਂ ਆਏ ਨਹੀਂ ਜੀ ਕਿਤੇ ਕੱਢਿਆ ਟਾਰਗੇਟ ਜੀ ਅੱਜ ਤਾਂ ਨਹੀਂ ਵੇਚਿਆ ਕੋਈ ਧਾਰ ਤੇ ਨਹੀਂ ਅੱਜ ਕੋਈ ਨਹੀਂ ਵੇਚੀ ਧਾਰ ਲਈ ਠੀਕ ਆ ਕੀ ਬਣਾ ਲਿਆ ਫਿਰ ਬੱਕਰੀਆਂ ਨੇ ਕੁਝ ਦਿੱਤਾ ਖਾਣ ਪੀਣ ਬਹੁਤ ਕੁਝ ਦਿੱਤਾ ਵਿਚਾਰੀਆਂ ਇਹਨਾਂ ਨੇ ਅੱਛਾ ਹਾਂ ਜੀ ਵਪਾਰ ਕਰਿਆ ਹੈ ਹਾਂ ਜੀ ਬੱਕਰੀਆਂ ਘਰੇ ਵੀ ਰੱਖਦੇ ਇਹਨਾਂ ਤੋਂ ਛੋਟੀ ਅੱਛਾ ਇਹ ਵਪਾਰ ਦੀਆਂ ਨੇ ਇਹ ਵਪਾਰ ਵਾਲੀਆਂ ਬੱਕਰੀਆਂ ਜੀ ਚੰਗੀ ਗੱਲ ਹਾਂ ਜੀ ਹੋਰ ਹੈਗੀ ਕੁਝ ਜਾਂ ਹੀ ਸੀ ਤਿੰਨੇ ਤੁਹਾਡੇ ਕੋਲ ਨਹੀਂ ਬੱਕਰੀਆਂ ਉਧਰ ਖੜੀਆਂ ਦੋ ਬੱਚਾਂ ਲਈ ਉਹ ਵੀ ਦਿਖਾ ਦਿਓ ਉਧਰ ਲੈ ਆ ਬਈ ਇਹਨਾਂ ਨੂੰ ਲੈ ਜਾ ਉਧਰ ਨੂੰ ਇਹਨੂੰ ਇੱਧਰ ਲੈ ਜਾਓ ਜੀ ਲੈ ਦਿਖਾਉਣੇ ਕਿ ਸਾਨੂੰ ਇਹ ਮੁੰਡਿਆਂ ਨੇ ਇੱਕ ਨਾ ਬੜੀ ਕਮਾਈ ਕੀਤੀ ਆ ਬੱਕਰੀਆਂ ਦੇ ਧੰਦੇ ਦੇ ਵਿੱਚ ਬਹੁਤ ਚੰਗਾ ਨਾਮ ਵੀ ਬਣਾਇਆਗਾ ਬਾਹਰ ਤੱਕ ਬੱਕਰੀ ਕਿੰਨੀ ਭੇਜੀ ਆ ਬੱਬੂ ਬਈ ਬਾਹਰ ਅਸੀਂ ਬੱਕਰੀ ਸਾਡੇ ਮਿੱਤਰ ਪਿਆਰ ਉਹਦੇ ਨਾਲ ਭੇਜਦੇ ਰਹੀ ਮਹਾਰਾਸ਼ਟਰ ਤੇ ਕੇਰਲਾ ਜੀ ਕਿੰਨੇ ਕਿ ਸਮੇਂ ਤੋਂ ਉਹਨਾਂ ਨੂੰ ਸਾਨੂੰ ਹੋ ਗਈ 8-9 ਸਾਲ ਭੇਜਦੇ ਨੇ ਉਹ ਬਾਈ ਨੂੰ ਡਾਕਟਰ ਆਈ ਮੁੰਡਾ ਮਹਾਰਾਸ਼ਟਰ ਤੋਂ ਹਾਂ ਜੀ ਵਪਾਰ ਪਹਿਲਾਂ ਤੋਂ ਕਰਦੇ ਆ ਜੀ ਲੰਮੇ ਸਮੇਂ ਤੋਂ ਕਰਦੇ ਹੁੰਦੇ ਆ ਠੀਕ ਹੈ ਇਹਦਾ ਹਾਂ ਤੀਜੀ ਪੀੜੀ 'ਚ ਆ ਗਏ ਸੀ ਮੱਝਾਂ ਵਗੈਰਾ ਫਿਰ ਮੱਝਾਂ ਰੱਖਦੇ ਆ ਘਰੇ ਦੁੱਧ ਦੀ ਖਾਤਰ ਤੇ ਪਰ ਕਰਦੇ ਵਪਾਰ ਬੱਕਰੀਆਂ ਦੇ ਮੱਝਾਂ ਹਾਂ ਜੀ ਵਪਾਰ ਬੱਕਰੀਆਂ ਹਾਂ ਵਪਾਰ ਬੱਕਰੀਆਂ ਦੇ ਵੇਚਦੇ ਨਹੀਂ ਫਿਰ ਇਹਨਾਂ ਦੁੱਧ ਡੇਰੀ ਪਾਈ ਜਾਂਦੇ ਜੇ ਕਿਸੇ ਨੂੰ ਲੋੜ ਪਾੜ ਆਈ ਉਹ ਮੁਫਤ ਦਿੰਦੇ ਆ ਪਿੰਡ 'ਚ ਜੇ ਕਿਸੇ ਸਿੱਲਾਂ ਵਾਲੇ ਨੂੰ ਘਾਟ ਪਾ ਦੇਈ ਸਾਡੇ ਪਿੰਡ ਨੂੰ ਹੋਵੇ ਜਾਂ ਦੀਵਾੜ ਦਿਨ ਹੋਵੇ ਉਹਨਾਂ ਨੂੰ ਬਿਲਕੁਲ ਦੁੱਧ ਫ੍ਰੀ ਦਿੰਦੇ ਨਹੀਂ ਲੈਂਦੇ ਨਾ ਹੀ ਕੋਈ ਪੈਸੇ ਨਹੀਂ ਦਿੰਦੇ ਕਿੰਨੇ ਦਿਨ ਮਰਜ਼ੀ ਲਈ ਜਾਣਾ ਕੋਈ ਚੱਕਰ ਨਹੀਂ ਅਗਲੇ ਦੀ ਮੰਨਦਾ ਹਾਂ ਹਾਂ 5 ਦਿਨ ਲੈਣ 10 ਦਿਨ ਲੈਣਾ ਜੀ
बच्चे पले वे दोनों टंबे ने पे ठीक है भाई धन्यवाद ठीक है ਕੋਈ ਸਰਦਾਰ ਸਰਦਾਰ ਸਾਹਿਬ ਜੀ ਨਾਲ ਗੱਲਬਾਤ ਕਰ ਦਾਂਗੇ ਆਪਾਂ ਕੀ ਹਾਲ ਹੈ ਸਰਦਾਰ ਠੀਕ ਹੈ ਜੀ ਠੀਕ ਹੋ ਹਾਂ ਜੀ ਕਿੰਨੀਆਂ ਬੱਕਰੀਆਂ ਲਿਆਂਦੀਆਂ ਨੇ 8 ਬੱਕਰੀਆਂ ਜੀ ਕਿੰਨੀਆਂ ਕੁ ਵੇਚਤੀਆਂ ਫਿਰ ਅੱਜ ਅੱਜ ਦੋ ਮੇਮਣੇ ਛੋਟੇ ਛੋਟੇ ਦੋ ਵੇਚੀਆਂ ਨੇਗੀਆਂ ਖਰੀਦ ਵੀ ਲੈਣੇ ਰੋ ਹਾਂ ਜੀ ਵੇਚ ਵੀ ਦੇਣੇ ਹਾਂ ਜੀ ਠੀਕ ਹੈ ਬੱਕਰੀਆਂ ਦਿਖਾ ਦੋ ਕਿਹੜੀ ਕਿਹੜੀਆਂ ਨੇ ਹਾਂ ਜੀ ਹਾਂ ਜੀ ਵੇਚਣ ਵਾਲੀਆਂ ਹਾਂ ਜੀ ਚਲੋ ਆ ਇੱਥੇ ਕਰਦੇ ਸ਼ੁਰੂ ਆ ਵੀ ਵੇਚਣੇ ਇੱਕ ਮੈਂ ਟੇਡੀ ਜੀ ਕਰ ਦਣ ਘੜੀ ਛੜੀ ਆ ਇਹ ਉਹ ਠੰਡ ਠੰਡ ਮੀਂਹ ਮੂ ਪਈ ਜਾਂਦਾ ਜੀ ਮੀਂਹ ਮੰਨ ਗਈ ਹੈ ਚੜ ਗਈ ਕੀ ਮੁੱਲ ਕਰਿਆ ਇਹਦਾ ਇਹਦਾ 25000 ਹੈ ਜੀ ਕੱਲੀ ਦਾ ਬੱਚੇ ਵੀ ਹੈਗਾ ਕੱਲੀ ਹੈ ਜੀ ਗੱਬਣ ਆਇਆ ਸੂਈ ਨੂੰ ਕਿੰਨੇ ਟਾਈਮ ਦੀ 2.5 ਮਹੀਨੇ ਦੀ 2.5 ਮਹੀਨੇ ਫੁੱਲ ਵੀ 25000 ਕਰਤਾ ਮੀ ਮੰਨੀ ਖੜੀ ਅਸਲ ਦੇ ਵਿੱਚ ਇਹ ਮੱਛਰ ਮੁੱਛਰ ਨੇ ਵੀ ਖਾਤੀ ਲੱਗਦੇ ਬਹੁਤ ਹਾਂ ਜੀ ਪਤਲੀ ਚਾਮੜੀ ਵਿਚਾਰੀ ਦੇ ਮੱਛਰ ਵੀ ਮੈਨੂੰ ਲੱਗਦਾ ਬਾਹਵਾ ਹੀ ਲੜਦਾ ਹੋਊਗਾ ਆ ਦੇਖੋ ਮੱਛਰ ਨੇ ਖਾਧੀ ਹੋਈ ਹੈਗੀ ਲੈ ਹੋਰ ਦਿਖਾ ਸਰਦਾਰਾ ਆ ਜਾ ਪਿੰਡ ਕਿਹੜਾ ਤੁਹਾਡਾ ਪਿੰਡ ਆਹੀ ਹੈ ਜੀ ਤੋਂਗਾਲੀ ਆ ਜੀ ਤੋਂਗਾਲੀ ਪਿੰਡ ਦੀ ਨੇਗੇ ਰੁੱਸੀਆਂ ਜੇ ਖੜੀਆਂ ਨੇ ਬਾਈ ਤੇਰੀਆਂ ਬੱਕਰੇ ਕੀ ਗੱਲ ਇਹਨਾਂ ਨੂੰ ਬਾਹ ਚੜ ਚੜਦੇ ਹੋ ਗਏ ਕੱਲ ਹੀ ਲੈਣੇ ਦੇ ਕਾਰਨ ਹੋ ਜਾਂਦਾ ਬਾਈ ਕੱਲ ਹੀ ਲੈਤੀਆਂ ਜੇ ਚਕੇਰੀਆਂ ਤੋਂ ਲੈਣੇ ਗੱਲ ਤੇਰੀ ਚੋਂ ਚਕੇਰੀਆਂ ਕਾਲੇ ਵਾਲੀ ਕੋਲੇ ਨਹੀਂ ਚਕੇਰੀਆਂ ਪਿੰਡ ਚਕੇਰੀਆਂ ਚੋਂ ਲੈਣੇ ਨੇ ਠੀਕ ਹੈ ਇਹਦਾ ਕੀ ਮੁੱਲ ਹੈ ਇਹਦਾ 17000 ਹੈ ਜੀ 17000 ਗੱਬਣਾ ਸਾਰੀਆਂ ਕਹਿੰਨੋਗੇ ਇਹ ਗੱਬਣੇ ਥੋੜੇ ਦਿਨ ਹੀ ਹੋਏ ਇਹਨਾਂ ਤੋਂ ਬਣੀ ਠੀਕ ਹੈ ਲੈ ਵੀ ਇਹਦਾ ਉਹ ਹੈ ਜਿਹਾ ਮੁੱਲ ਵਿਚਾਰੀ ਦਾ ਹੈਗੀ ਵੀ ਇਹ ਥੋੜੇ ਕੱਦ ਕਾਠ ਘੱਟ ਗਈ 35-34 ਇੰਚ ਦੀ ਮਸਾਂ ਹੋ ਗਈ ਆ ਲੋ ਕੁਆਲਿਟੀ ਦੇਖ ਲਓ ਠੀਕ ਠਾਕ ਆ ਵੀ ਇਹ ਜਿਹੀਆਂ ਬੱਕਰੀਆਂ ਵੀ ਵਿਕਦੀਆਂ ਨੇ ਘੱਟ ਮੁੱਲ ਲੈ ਵਾਲੇ ਵੀ ਹੁੰਦੇ ਨੇ ਬੰਦੇ ਵੀ ਘੱਟ ਮੁੱਲ ਖਰੀਦਣ ਵਾਲੀਆਂ ਹਨਾ ਕੋਈ 14000 ਵਾਲੀ ਦੀਆਂ ਕੋਈ 15000 ਵਾਲੀ ਦੀਆਂ ਇਸ ਤਰ੍ਹਾਂ ਦੀਆਂ ਬੱਕਰੀਆਂ ਮਿਲ ਜਾਂਦੀਆਂ ਨੇ ਪਰ ਉਹਦਾ ਠੀਕ ਆ ਨਾ ਹਰ ਇੱਕ ਤਰ੍ਹਾਂ ਦਾ ਗਾਹਕ ਕਹਿੰਦਾ ਵੀ ਮੰਡੀ ਦੇ ਵਿੱਚ ਪਹੁੰਚਦਾ ਜਾਂਦਾ ਹੁੰਦਾ ਹਨਾ ਤੇ ਇਹਦਾ ਕੀ ਮੁੱਲ ਕਰਿਆਗਾ ਇਹਦਾ ਵੀ 25000 ਇਹਦਾ 25000 ਠੀਕ ਹੈ ਮੁੱਲ ਜ਼ਿਆਦਾ ਨਹੀਂ ਕਰਿਆ ਹੋਇਆ ਨਾ ਠੀਕ ਹੈ ਸ਼ੇਰੀ ਬੱਕਰੀ ਹੈ ਵਧੀਆ ਨਸਲ ਦੀ ਹੈ ਠੀਕ ਹੈ ਗੱਬਣ ਕਿੰਨੇ ਮਹੀਨੇ ਦੀ ਕਹਿੰਨੇ ਇਹ ਵੀ ਉਹਨੇ ਆ ਉਹਨੇ ਦੀ ਉਹ ਠੀਕ ਹੈ ਦੰਦਾਂ ਦੀ ਕਿਵੇਂ ਨੇ ਇਹਦਾ ਥੋੜੀ ਕਸਾਈ ਖੜੀ ਹੈ ਕਸਾਈ ਖੜੀ ਆ ਕਹਿਣ ਦਾ ਭਾਵ ਵੀ ਜਵਾਨੀ ਟੱਪਣ ਲੱਗ ਚੱਲੀ ਹੈ ਹਾਂ ਜੀ ਹਾਂ ਚਲ ਜਵਾਨੀ ਟੱਪਣ ਚੱਲੀ ਆ ਤੋਰੀ ਕਾਕੇ ਨੂੰ ਇਧਰੋਂ ਇਹ ਕੋ ਵੱਡੀ ਦਿਖਾ ਦੇ ਕਿਹੜੀ ਵੱਡੀ ਉਹ ਬੱਠੇ ਥੱਲੇ ਲੈ ਉਹ ਵੱਡੀ ਫੜ ਕੇ ਲੈ ਛੱਡ ਦੇ ਵੱਡੀ ਉੱਕਰੀ ਲਿਆਉਣਾ ਮੰਡੀ ਤੇ ਤਾਂ ਹਰ ਵਾਰੀ ਆਉਣਾ ਤੁਸੀਂ ਤਾਂ ਹਾਂ ਜੀ ਹਾਂ ਆਪਾਂ ਤਾਂ ਅੱਜ ਮੰਡੀ ਤੇ ਆਉਂਦੇ ਕਿੰਨਾ ਕੁ ਟਾਈਮ ਹੋ ਗਿਆ ਵਪਾਰ ਕਰਦੇ ਨੂੰ ਫਿਰ ਸਾਨੂੰ ਬਹੁਤ ਚਿਰ ਸਾਨੂੰ ਤਾਂ ਇਹਦਾ ਬਹੁਤ ਚਿਰ ਹੋ ਗਿਆ ਮਾਲ ਇਹਦੇ ਕੋਲੇ ਮੰਡੀ ਤੇ ਤਾਰੇ ਕੋਲੇ ਹਾਂ ਹੋ ਗਏ ਉਹਨੇ 10-12 ਸਾਲ ਇਹਨਾਂ ਦਾ ਪੀੜੀ ਲੰਘ ਗਈ ਪੀੜੀ ਲੰਘ ਗਈ ਬਸ ਠੀਕ ਇਹਨਾਂ ਦਾ ਪਿਆਉ ਦਾਦੇ ਤੇ ਚੱਲਦਾ ਇਹਨਾਂ ਦਾ ਪਿਆਉ ਦਾਦੇ ਤੇ ਚੱਲਦਾ ਬਈ ਬੰਦਾ ਇਹਨਾਂ ਦਾ ਉਹ ਬੱਠਾ ਵਿਚਾਰਾ ਪਰ ਇਹ ਆਪਾਂ ਨੇ ਨਾਲ ਬੱਕਰੀਆਂ ਇਹ ਦਿਖਾ ਰਹੇ ਨੇਗੇ ਕਹਿੰਦਾ ਕੋਈ ਚੱਕਰ ਨਹੀਂਗਾ ਅਸੀਂ ਦੱਸ ਦਾਂਗੇ ਆ ਜਾ ਖਿੱਚ ਲਿਆ ਉਹਨਾਂ ਬਈ ਲੈ ਲੈ ਸੰਗਦਾ ਇਹ ਲੱਗਦਾ ਮੁੰਡਾ ਆ ਲੈ ਇਹ ਬਹੁਤ ਵੱਡਾ ਬੱਕਰ ਗਾਹਕ ਆਦਾ ਕੀ ਪੱਠੀ ਹੈ ਹਾਂ ਨਵੀਂ ਬੱਕਰੀ ਆ ਛੱਟ ਲੱਗ ਗਈ ਸੂਆ ਲੈ ਗਿਆ ਇਹ ਤੱਕ ਹਾਂ ਹਾਂ ਇੱਕ ਸੂਆ ਦਿੱਤਾ ਇੱਕ ਸੂਆ ਲੈ ਗਈ ਠੀਕ ਹੈ ਇਹਦਾ ਕੀ ਮੁੱਲ ਕਰੇਗਾ ਇਹਦਾ 20000 ਹੈ ਇਹਦਾ ਮੁੱਲ ਘੱਟ ਹੀ ਕਰਿਆ ਘੱਟ ਇਹਦਾ ਠੀਕ ਹੈ ਲੈ ਇਹ ਵੀ ਕੋਈ ਹਿਸਾਬ ਚ ਆਈ ਆਪਾਂ ਨੂੰ ਅੱਛਾ ਤਾਂ ਰੱਖਿਆ ਆਪਾਂ ਨੂੰ ਹਿਸਾਬ ਚ ਆਈ ਹੈ ਤੁਹਾਨੂੰ ਹਿਸਾਬ ਚਾਹੀਏ ਤਾਂ ਉਹ ਹੈ ਮੁੱਲ ਕਰ ਹਾਂ ਆਪਾਂ ਦਾ ਵਿਚਾਰ ਪੈਸੇ ਬਣਨੇ ਚਾਹੀਦੇ ਕਿ ਨਹੀਂ ਠੀਕ ਆ ਸਹੀ ਗੱਲ ਹੈ ਜਿਉਂ ਆਪਾਂ ਐਵੇਂ ਕਹਿੰਗੇ ਕਿ ਵੀ ਹੋਵੇ ਹਾਂ ਜ਼ਿਆਦਾ ਵੀ ਮੰਗਣ ਦਾ ਫਾਇਦਾ ਨਹੀਂ ਚਲੋ ਆਪਦੇ ਆਪ ਨੂੰ ਰੋਟੀ ਦੇ ਜੇ ਬਹੁਤ ਚਲੋ ਠੀਕ ਹੈ ਜੀ ਧੰਨਵਾਦ ਠੀਕ ਹੈ